ਅਸਲਾਮ ਵਾਲੇਕਮ। ਹਾਂਜੀ ਭਾਈ ਅਮਜਦ, ਕੀ ਹਾਲ ਹੈ? ਠੀਕ ਹੋ? ਆਹ ਕਮਰਾ ਹੈਗਾ ਖਾਲ ਚੋਕਰ ਵੰਡਾ ਰੱਖਣ ਨੂੰ ਨਾ, ਜਿੱਥੇ ਕੂਲਰ ਪਿਆ ਉਹ ਜਿੱਥੇ ਤੀਕਰ ਰੇੜੀਆਂ ਖੜੀਆਂ ਉੱਥੇ ਤੀਕਰੇ ਕਮਰਾ ਜਾਣਾ। 20 ਫੁੱਟ ਜ਼ਰਾ 12 ਫੁੱਟ ਦਾ ਅੰਦਰੋਂ ਅੰਦਰ ਹੀ 11 ਫੁੱਟ ਆਹ 14 ਦਾ। ਇਹਦੇ ਵਿੱਚ ਮਸ਼ੀਨ ਟੋਕਾ ਲੱਗਣੀ ਪੱਠੇ ਕੁੱਤਣੇ ਵਾਸਤੇ। ਆਹ ਗੇਟ ਦੀ ਇੰਟਰੀ ਆ, 12 ਫੁੱਟ ਦਾ ਗੇਟ ਲੱਗੇਗਾ ਦੋ ਪੱਲਿਆਂ ਦਾ। ਇੱਕ ਪੱਲਾ ਵਿੱਚੋਂ ਨਾ 3 ਫੁੱਟ ਦਾ ਰੱਖਾਂਗੇ, ਉਹਦੇ ਥਾਣੀ ਮੋਟਰਸਾਈਕਲ ਜਾਂ ਵੈਸੇ ਆਮ ਟੀਨ ਗੁਜ਼ਰਗਾਹ ਹੋ ਜਾਏਗੀ। ਬੜਾ ਗੇਟ ਜ਼ਰੂਰ ਇਹਦੇ ਤਿਆਰ ਖੁੱਲ੍ਹੇਗਾ। ਆਹ ਕਮਰਾ ਬੈਠਣ ਉੱਠਣ ਜਿਹਨੂੰ ਬੈਠਣ ਵਗੈਰਾ ਕਹਿੰਦੇ ਆ, ਠੀਕ ਨਾ। ਆਹ ਇਹਦੇ ਨਾਲ ਬਾਥ ਦੀ ਜਗ੍ਹਾ, ਦੋ ਬਾਥ ਬਣਨਗੇ, ਇੱਕ ਕਮਰੇ ਨਾਲ ਅਟੈਚ ਹੋ ਜਾਏਗਾ, ਇੱਕ ਬਾਹਰ ਅਟੈਚ ਹੋ ਜਾਏਗਾ ਜਿਹੜਾ ਬੰਦਾ ਕੰਮ ਕੁੰਮ ਕਰਨੇ ਦਾ ਉਹਦੇ ਇਸਤੇਮਾਲ ਵਾਸਤੇ। ਅਤੇ ਉਹਦੇ ਤੋਂ ਬਾਅਦ ਅੱਗੇ ਚੱਲੀਏ, ਆਹ ਬਰਾਂਡਾ ਜਿੱਥੇ ਚਾਰ ਪਹਿਲੀ ਪਈ ਅਤੇ ਬੱਚਾ ਬੈਠਾ ਜੀ ਇੱਥੇ ਦੀਵਾਰ 'ਤੇ, ਇਹ ਬਰਾਂਡਾ ਹੈ। ਤੋੜੋ ਤੋੜ 84 ਫੁੱਟ ਦੀ ਲੰਬਾਈ ਆ ਅਤੇ ਤਕਰੀਬਨ 28 ਫੁੱਟ ਦੀ ਚੌੜਾਈ ਹੈ। ਇਹਦੇ ਸੈਂਟਰ 'ਚ ਖੁੱਲ੍ਹੀ ਆਏਗੀ, ਜਿੱਥੇ ਆ ਦੋ ਇੱਟਾਂ ਦੇ ਸੈਂਟਰ ਜਿਹੜੀ ਜਗ੍ਹਾ ਇੱਥੇ ਖੁੱਲ੍ਹੀ ਬਣੇਗੀ, ਦੋਨੋਂ ਤਰਫ ਜਾਨਵਰ ਹੋਣਗੇ, ਖੁੱਲ੍ਹੇ ਹੀ ਫਿਰਦੇ ਰਹਿਣਗੇ। ਉਹਦੇ ਬਾਅਦ ਅੱਗੇ ਆ ਜਾਓ, ਜਿਹੜਾ ਮਿੱਟੀ ਨਜ਼ਰ ਆ ਰਹੀ ਟਿੱਬਾ, ਅਤੇ ਉੱਥੇ ਦੂਜੇ ਪਾਸੇ ਇੱਥੇ ਭਾਈ ਖੜ੍ਹੇ ਮਿਸਤਰੀ। ਇਹ ਇਸ ਤਰ੍ਹਾਂ ਬਰਾਂਡਾ ਬਣੇਗਾ, ਐਸ ਰੁੱਖ ਇਸ ਤਰ੍ਹਾਂ ਬਰਾਂਡਾ ਬਣੇਗਾ। ਇਹ 43 ਫੁੱਟ ਲੰਬਾ ਹੋਣਾ, 16 ਫੁੱਟ ਚੌੜਾ ਬੱਕਰੀਆਂ ਵਾਸਤੇ। ਅਤੇ ਆਹ ਜਿੱਥੇ ਮਜ਼ਦੂਰ ਕੰਮ ਕਰਨ ਦੇ ਆ, ਇਹ ਕਮਰਾ ਹੋਏਗਾ ਬੱਕਰੀਆਂ ਵਾਸਤੇ। ਇੱਥੇ ਕਾਲੇ ਸੂਟਰ ਮਜ਼ਦੂਰ ਲੱਗੇ ਹੋਏ ਆ, ਇਹ ਕਮਰਾ ਹੋਏਗਾ ਨਾ ਬੱਕਰੀਆਂ ਵਾਸਤੇ। ਆਹ ਸਾਰੀ ਜਗ੍ਹਾ ਓਪਨ ਹੋਏਗੀ, ਇੱਥੇ ਵੀ ਆਹ ਸ਼ਕਲ ਦੇ ਵਿੱਚ ਖੁੱਲ੍ਹੀ ਬਣੇਗੀ, ਜਾਨਵਰ ਖੁੱਲ੍ਹੇ ਫਿਰਦੇ ਰਹਿਣਗੇ। ਅੱਜ ਦਾ ਸਾਈਡ ਦਾ ਵਿਊ ਆ, ਉਹ ਗੇਟ ਸਟੇਸ਼ਨ ਆ, ਬਾਜ਼ਾਰ ਆ, ਆਹ ਸਾਹਮਣੇ ਵਾਦੀ ਆ, ਆ ਇੱਧਰ ਸਾਈਡ 'ਤੇ ਟੋਟਲ ਘਰ ਆ। ਆਹ ਘਰ ਆ ਜਿਹੜੇ ਨਾਲ ਦਿਆਂ ਨੂੰ ਰਿਕੁਐਸਟ ਕਰਕੇ ਦੀਵਾਰ ਮੁਸ਼ਤਰਕਾ ਕੱਢਣ ਲੱਗੇ ਅੱਛੀ ਅਵਲੇਟ ਦੀ ਆ। ਇੱਕ ਘਰ ਦੀ ਢਾਹ ਦਿੱਤੀ, ਦੂਸਰੀ ਹਜੇ ਗਰਾਣੀ ਆ, ਇਹ ਦੀਵਾਰ ਸਾਰੀ ਮੁਸ਼ਤਰਕਾ ਨਿਕਲ ਜਾਏਗੀ। ਉਹ ਜਿੱਥੇ ਮਜ਼ਦੂਰ ਇਹ ਕਮਰਾ ਹੋਏਗਾ ਪੱਕੀਆਂ ਵਾਸਤੇ, ਜਿੱਥੇ ਹੁਣ ਨਹੀਂ ਕੱਢਣ ਦੇ ਆ। ਇਹ ਬਰਾਂਡੇ ਦੇ ਅੱਗੇ 16 ਫੁੱਟ ਜਗ੍ਹਾ ਫੇਰ ਹੋਏਗੀ, ਖੁੱਲ੍ਹੀ ਬਾੜੀ ਦੀ ਸ਼ਕਲ, ਬੱਕਰੀਆਂ ਇੱਥੇ ਖੁੱਲ੍ਹੀਆਂ ਫਿਰਦੀਆਂ ਰਹਿਣਗੀਆਂ। ਤੋੜੋ ਤੋੜੇ ਦੇ ਬਰਾਬਰ ਆਏਗੀ, ਐਸ ਦੀਵਾਰ ਦੇ ਬਰਾਬਰ ਆਏਗੀ। ਇਹਦੇ ਅੱਗੇ ਵੀ ਖੁੱਲ੍ਹਾ ਹੋਏਗਾ ਜਿਹੜਾ ਕਮਰਾ, ਜਿੱਥੇ ਉਹ ਭਾਈ ਫਿਰ ਬਿਲੂ ਜੇ ਸੂਟ ਆ ਰਹੇ, ਉਹ ਵੀ ਓਪਨ ਜਗ੍ਹਾ ਹੋਏਗੀ। ਕਮਰੇ ਦੇ ਅੱਗੇ ਵੀ ਓਪਨ ਜਗ੍ਹਾ, ਬਰਾਂਡੇ ਦੇ ਅੱਗੇ ਵੀ ਓਪਨ ਜਗ੍ਹਾ। ਬੱਕਰੀਆਂ ਜਿਸ ਤਰ੍ਹਾਂ ਮਰਜ਼ੀ ਕਮਰੇ ਤੋਂ ਨਿਕਲ ਕੇ ਬਾਹਰ ਫਿਰਦੀਆਂ ਰਹਿਣ, ਗਰਮੀਆਂ ਸਰਦੀਆਂ ਦੇ ਹਿਸਾਬ ਨਾਲ ਇੱਧਰੋਂ ਬਰਾਂਡੇ ਤੋਂ ਅੱਗੇ ਨਿਕਲ ਜਾਣ, ਅਤੇ ਸਰਦੀਆਂ ਨੂੰ ਕਮਰਾ ਇਸਤੇਮਾਲ ਹੋ ਜਾਏਗਾ। ਆਹ ਸਾਰੀ ਜਗ੍ਹਾ ਓਪਨ ਹੋਏਗੀ, ਜਿੱਥੇ ਮਿੱਟੀ ਦੀਆਂ ਢੇਰੀਆਂ ਨਜ਼ਰ ਆ ਰਹੀਆਂ, ਅੱਗ ਖੜ੍ਹਾ ਆ ਆਹ ਜਿਹੜਾ, ਅਤੇ ਇੱਥੇ ਓਪਨ ਜਗ੍ਹਾ ਹੋਏਗੀ। ਬੱਕਰੀਆਂ ਜਿਸ ਤਰ੍ਹਾਂ ਜਾਂ ਬੜੇ ਜਾਨਵਰ, ਸੋਰੀ ਬੱਕਰੀਆਂ ਨਹੀਂ, ਬੜੇ ਜਾਨਵਰ ਇੱਥੇ ਜਿਸ ਤਰ੍ਹਾਂ ਮਰਜ਼ੀ ਫਿਰਦੇ ਰਹਿਣ।